बिसमिल्लामान रहीम अलहमदिल्ला अल्लाह अला मसल आला मुहमद वाले मुहमद असलमकुम जनाब वाला क्या हाल है जी ठीक हो दे, मेरे यहाँ यार दे, मेरे यहाँ दोस्तान के हाल हैं ठीक हो जनाब खैरियत है मेरी तरफों जनाब सलाम कबूल करो तो उस तु बाद जनाब मैं तुम्हें एक रकबे तर लै चलना रकबे का मैं तुम्हें तारफ़ करा देना क्या रकबा जनाब तहसील चकवाल और ज़िला चकवाल के जनाब इसका रिकॉर्ड है कंप्यूटराइज फर्द वायद् नाम है री रकबा है कब्जा और हद बरारी जड़ी है इसकी पक्की मौजूद है और यह जनाब चकवाल की तरफू अगर तीस आओ तो टोटल पंजी किलोमीटर और अगर सुहावा की तरफों आओ तो चाली किलोमीटर जनाब मेन जड़ा चकवाल और जलामाला जो रोड है सुहावा तू चकवाल पक्के जनाब कपिट रोड तू सिर्फ जनाब तीन तू चार मिनट के फासले कापिट रोड है जनाब नवा बने उसका जनाब तुम आ गए और उस अगर फिर सिर्फ अद्धा किलोमीटर कच्चा रस्ता है उस तू लैके जनावे वाला ਤੋ ਸਾਨੇ ਬਿਲਕੁਲ ਇਸ ਰਕਬੇ ਦੇ ਅੰਦਰ ਮੌਜੂਦ ਹੋਣਾ ਇਸ ਦਾ ਮਤਲਬ ਹੈ ਕਿ ਇੰਤਹਾਈ ਆਸਾਨ ਰਸਾਇਣੇ ਜਨਾਬੇ ਵਾਲਾ 150 ਕਨਾਲ ਰਕਬੇ ਦੀ ਇਹ ਜਨਾਬੇ ਵਾਲਾ ਤੁਹਾਡੇ ਸਾਹਮਣੇ ਅਸੀਂ ਕੱਚੇ ਰਾਹ ਤੇ ਲੈ ਗਏ ਤੇ ਇਹ ਜਨਾਬ ਮੇਨ ਜਿਹੜਾ ਜਨਾਬ ਐਂਟਰੈਂਸ ਹੈ ਮੇਨ ਦਰਵਾਜ਼ਾ ਜਿਹੜਾ ਮੇਨ ਗੇਟ ਆ ਉਹ ਪਹੁੰਚ ਕੇ ਇਹ ਜਨਾਬ ਇਸ ਦੀ ਫੈਂਸਿੰਗ ਹੈ ਬਹੁਤ ਹੀ ਆਲਾ ਕੁਆਲਿਟੀ ਦੀ ਜਾਨਦਾਰ ਕਿਸਮ ਦੀ ਤਾਰ ਦੀ ਫੈਂਸਿੰਗ ਹੋਈ ਹੈ ਇਸ ਦਾ ਮਤਲਬ ਹੈ ਕਿ ਇਹ ਰਕਬਾ ਹਰ ਕਿਸਮ ਦੀ ਬੈਰੂਨੀ ਮੁਦਾਖਲਤ ਤੋਂ ਮੌਜੂਦ ਹੈ ਔਰ ਚਮਾ ਪਾਸੂ ਜਨਾਬ ਇਹ ਮਹਫੂਜ਼ ਰਕਬਾ ਇਸ ਦੀ ਫੈਂਸਿੰਗ ਹੋਈ ਹੈ ਬੜੀ ਆਲਾ ਕੁਆਲਿਟੀ ਦੀ ਤੇ ਇਹ ਜਨਾਬ ਇਸ ਰਕਬੇ ਦੇ ਮਨਾਜ਼ਰਨ ਜਿਹੜੇ ਫਜ਼ਾਈ ਤੁਸੀਂ ਦੇਖ ਰਹੇ ਹੋ ਇਹ ਜਨਾਬ ਇਸ ਰਕਬੇ ਦੀ ਸੂਰਤ ਹਾਲ ਹੈ ਇਸ ਦੇ ਅੰਦਰ ਕਣਮ ਜੜੀ ਹੈ ਉਹ ਕਾਸ਼ ਤੋਈ ਹੈ ਜਨਾਬ ਆਇਸਤਾ ਆਇਸਤਾ ਇਸ ਰਕਬੇ ਦੇ ਜਨਾਬ ਇਹੇ ਮਾਮਲਾਤ ਹਨ ਜਾਂ ਜਿਹੜੀ ਇਸ ਰਕਬੇ ਦੀ ਸ਼ਕਲ ਹੈ ਉਹ ਆਇਸਤਾ ਆਇਸਤਾ ਮੇਰੇ ਆਪਰਾਵਾਂ ਦੇ ਸਾਮਣਾ ਜਨਾਬ ਆ ਰਹੀ ਹੈ ਔਰ ਮਜ਼ੇ ਦੀ ਗੱਲ ਹੈ ਕਿ ਇਸ ਦੇ ਬਿਲਕੁਲ ਇੱਕ ਸਾਈਡ ਤੋਂ ਕੁਦਰਤੀ ਆਬੀ ਗੁਜ਼ਰਗਾ ਹੈ ਪਾਣੀ ਦੀ ਜਿਸ ਦੇ ਵਿੱਚੋਂ ਪੂਰਾ ਸਾਲ ਪਾਣੀ ਜੜਾ ਉਹ ਬੜੀ ਵਾਫਰ ਮਿਕਦਾਰ ਹੈ ਗੁਜ਼ਰਦਾ ਇਸ ਦਾ ਮਤਲਬ ਇਹ ਹੈ ਕਿ ਇਸ ਰਕਬੇ ਨੂੰ ਪਾਣੀ ਲਾਉਣ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਨਹੀਂ ਪੂਰਾ ਸਾਲ ਤੁਹਾਨੂੰ ਆਪਣੀਆਂ ਫਸਲਾਂ ਨੂੰ ਪਾਣੀ ਲਾਉਣ ਵਾਸਤੇ ਪਾਣੀ دستیاب ਹੈ ਜਨਾਬ ਇਸ ਰਕਬੇ ਦੀ ਸੂਰਤ ਹੈ ਹਾਲ ਜਨਾਬ ਲਿੰਕ ਰੋਡ ਤੋਂ ਸਿਰਫ 1.5 ਕਿਲੋਮੀਟਰ ਹੈ ਜੀ ਤੁਸੀਂ ਬਹੁਤ ਆਸਾਨੀ ਨਾਲ ਇਸ ਰਕਬੇ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਤੇ ਮੇਰਾ ਦਿਲ ਹੈ ਜਨਾਬ ਮੈਂ ਅੱਜ ਭਰਾਵਾਂ ਨੂੰ ਨਾਲ ਲੈ ਆਵਾਂ ਤੇ ਇੱਕ ਤਾਂ ਜਨਾਬ ਕੱਚੀ ਮਿੱਟੀ ਦੀ ਮਹਿਕ ਜਿਹੜੀ ਹੈ ਉਸ ਦੇ ਨਾਲ ਭਰਾਵਾਂ ਦਾ ਤਾਰਫ ਕਰਾਵਾਂ ਔਰ ਦੂਸਰਾ ਜਨਾਬ ਬੰਨਾ ਬੰਨਾ ਚਟਕੜੀ ਆਪ ਵੀ ਫੇਰਾਂ ਤੇ ਨਾਲ ਜਨਾਬ ਭਰਾਵਾਂ ਨੂੰ ਫਰਾਵਾਂ ਤੇ ਨਾਲ ਜਨਾਬ ਰਕਬੇ ਦੀ ਚਾਸ ਲਾਵਾਂ ਖੁੱਲੀ ਫਜ਼ਾ ਦੀ ਚਾਸ ਲਾਵਾਂ ਪਹਾੜਾਂ ਦੇ ਦਰਮਿਆਨ ਬਹੁਤ ਹੀ ਖੂਬਸੂਰਤ ਤੇ ਬੜਾ ਹੀ ਆਲਾਏ ਮੈਦਾਨੀ ਰਕਬਾ ਔਰ ਇਸ ਦੇ ਅੰਦਰ ਇਹ ਜਨਾਬ ਬਣੇ ਆ ਡੇਰਾ ਜਿਹੜਾ ਆਇਸਤਾ ਆਇਸਤਾ ਬਿਲਕੁਲ ਤੁਹਾਡੇ ਸਾਹਮਣੇ ਆ ਰਿਹਾ ਹੈ ਜਨਾਬ ਤੁਸੀਂ ਵੇਖ ਲਓ ਚਿੱਟੇ ਰੰਗ ਦੀ ਇਮਾਰਤ ਹੈ ਔਰ ਉਸ ਦੇ ਨਾਲ ਮਸਜਿਦ ਬਣੀ ਹੈ ਜਨਾਬ ਇਹ ਜਨਾਬ ਤੁਹਾਡੇ ਸਾਹਮਣੇ ਆ ਰਹੀ ਹੈ ਜਨਾਬ ਡੇਰੇ ਦੀ ਇਹ ਮੌਜੂਦਾ ਡੇਰੇ ਦੀ ਜਨਾਬ ਸੂਰਤ ਹਾਲ ਹੈ ਜਿਹੜੀ ਤੁਸੀਂ ਵੇਖ ਰਹੇ ਹੋ ਤੇ ਜਨਾਬੇ ਵਾਲਾ ਇਹ ਉਸ ਦੇ ਅੰਦਰ ਦੇ ਹਾਲਾਤ ਹਨ ਤੁਸੀਂ ਵੇਖ ਲਓ ਡੇਰੇ ਦੇ ਅੰਦਰ ਪੌਦੇ ਲੱਗੇ ਹੋਏ ਨੇ ਸਫੇਦ ਰੰਗ ਹੋਇਆ ਔਰ ਬਿਲਕੁਲ ਨਈ ਇਮਾਰਤ ਬਣੀ ਹੈ ਔਰ ਬਹੁਤ ਹੀ ਅਲਾ ਕੁਆਲਿਟੀ ਦੀ ਇਮਾਰਤ ਹੈ ਲੰਟਰ ਪਿਆ ਜਨਾਬ ਇਸ ਦੀਆਂ ਛਤਾਂ ਹੁੰਦਾ ਹੈ ਇਹ ਜਨਾਬੇ ਵਾਲਾ ਇਸ ਦੇ ਅੰਦਰ ਦੇ ਹਾਲਾਤ ਹਨ ਔਰ ਇਹ ਜਨਾਬੇ ਵਾਲਾ ਇੱਕ ਸਾਈਡ ਤੇ ਕਿਚਨ ਹੈ ਜਿਹੜਾ ਤੁਹਾਡੇ ਸਾਹਮਣੇ ਆ ਜਾਏਗਾ ਇਹ ਹੈ ਜਨਾਬ ਕੇ ਚੰਦੇ ਅੰਦਰ ਦੀ ਸੂਰਤ ਹਾਲ ਹੈ ਜੀ ਤੁਸੀਂ ਜ਼ਰਾ ਇਸ ਤੇ ਨਜ਼ਰ ਮਾਰ ਲਓ ਔਰ ਦੋ ਕਮਰੇ ਬਣੇ ਨੇ ਜਨਾਬ ਇਸ ਤੇ ਨਾਲ ਹੇ ਇਹ ਹੈ ਜਨਾਬ ਇੱਕ ਕਮਰਾ ਹੈ ਇਹ ਤੁਸੀਂ ਦੇਖ ਲਓ ਜਨਾਬ ਔਰ ਇਸ ਤੇ ਨਾਲ ਹੀ ਦੂਸਰਾ ਕਮਰਾ ਵੀ ਬਣਿਆ ਉਹ ਵੀ ਥੋੜੀ ਦੇਰ ਤੋਂ ਬਾਅਦ ਮੇਰੇ ਭਰਾਵਾਂ ਦੇ ਸਾਹਮਣੇ ਆ ਜਾਏਗਾ ਔਰ ਇਸ ਦੇ ਸਾਹਮਣੇ ਜਨਾਬ ਬਰਾਮਦਾ ਬਣਿਆ ਔਰ ਬਹੁਤ ਹੀ ਖੂਬਸੂਰਤ ਜਨਾਬ इस दे सामनेज़र दे और इस तकरीबन सत्तर टू अस्सी पौधा फुलदार और फलदार लग ए यह जनाब जो बैडरूम है यह जनाब दे सूरत आलन सामने विंडो है जनाब और यह मस्जिद है जी कि जिस रकबे तय मौजूद रह जिता तुम अपने जरात कर सकते हो और जनाबे वाला अपना काम करते हो ना तो अल्ह नू भी याद कर सद नमाज़ की अदायगी बेहतरीन किस्म की सहूलत जी है जनाब इस डेयरे के अंदर ਮੌਜੂਦ ਹੈ ਜਨਾਬ ਮਸਜਦ ਦਾ ਆਰੇ ਜਨਾਬ ਉਹ ਫਲਦਾਰ ਪੌਦੇ ਜਿਹੜੇ ਲੱਗੇ ਨੇ ਇਹ ਜਨਾਬ ਤਕਰੀਬਨ 70 ਤੋਂ 80 ਦੀ ਤਾਦਾਦ ਹੈ ਤਕਰੀਬਨ ਰੱਲੇ ਮੇਲੇ ਜਿਹੜੇ ਨੇ ਉਹ ਫਲਦਾਰ ਵੀ ਔਰ ਫਲਦਾਰ ਪੌਦੇ ਜਿਹੜੇ ਨੇ ਉਹ ਜਨਾਬ ਲੱਗੇ ਨੇ ਇਹ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਲਓ ਤੇ ਇਹ ਜਨਾਬ ਉਹ 35 ਡੰਗਰਾਂ ਦਾ ਸ਼ੈੱਡ ਜਿਹਦੇ ਉੱਤੇ ਚਾਦਰ ਪਈ ਹੈ ਜਨਾਬ ਤੁਹਾਡੇ ਸਾਹਮਣੇ ਉਸ ਦੇ ਅੰਦਰ ਟੋਕਾ ਮਸ਼ੀਨ ਜਿਹੜੀ ਹੈ ਉਹ ਅੰਦਰ ਹੀ ਲੱਗੀ ਹੈ ਔਰ ਲਾਈਟ ਹਸਤਾ ਜਨਾਬ ਸੋਲਰ ਸਿਸਟਮ ਉੱਥੇ ਲੱਗੇ ਆ ਕਿਉਂਕਿ ਇਸ ਤੇ ਬਿਜਲੀ ਦੀ ਸਹੂਲਤ ਮੌਜੂਦ ਨਹੀਂ ਇਸ ਦੇ ਅੰਦਰ ਜਨਾਬ ਬੋਰ ਮੌਜੂਦ ਹੈ ਪਾਣੀ ਇੰਤਹਾਈ ਜ਼ਹਿਰ ਜ਼ਮੀਨ ਜਿਹੜਾ ਮਿੱਠਾ ਵੀ ਹੈ ਔਰ ਵਸੀ ਮਿਕਦਾਰ ਚਾਹ ਰਿਹਾ ਜਨਾਬ ਟਰਬਾਈਨ ਲਗੀ ਹੈ ਔਰ ਪੀਟਰ ਰੰਜਣ ਲੱਗੀ ਹੈ ਔਰ ਮਜ਼ੇ ਦੀ ਗੱਲ ਹੈ ਕਿ ਟੋਟਲ 20 ਫੁੱਟ ਬੋਰ ਹੈ ਲੇਕਿਨ ਪਾਣੀ ਇਤਨਾ ਕਿ ਤੁਸੀਂ ਅਗਰ 24 ਘੰਟੇ ਵੀ ਜਨਾਬ ਇਸ ਨੂੰ ਮੁਸਲਸਲ ਚਲਾ ਕੇ ਰੱਖੋ ਤਾਂ ਪਾਣੀ ਆਪਰੀ ਸਤਾ ਜੜਾ ਉਹ ਕਦੀ ਵੀ ਨਹੀਂ ਤਰੋੜਣਾ ਇਸਨੇ ਤਲਾ ਜਨਾਬ ਬੜਾ ਵਿਸੀ ਮਕਦਾਰ ਹੈ ਔਰ ਖੁੱਲਾ ਪਾਣੀ ਜੜਾ ਉਹ ਮੌਜੂਦ ਹੈ ਔਰ ਹੈ ਜਨਾਬ ਇਸ ਰਕਬੇ ਦੀ ਸੁਰਤਿ ਹਾਲ ਹੈ ਜਿਹੜੀ ਮੈਂ ਜਨਾਬ ਤੁਹਾਡੇ ਸਾਹਮਣੇ ਹੈ ਪੇਸ਼ ਕਰ ਦਿੱਤੀ ਹੈ ਡੇਰਾ ਜਨਾਬ ਮੁਕੰਮਲ ਤਿਆਰ ਹੈ ਕਿਚਨ ਤਿਆਰ ਹੈ ਜਨਾਬ ਦੋ ਵਾਸ਼ਰੂਮ ਹਨ ਦੋ ਕਮਰੇ ਨੇ ਇੱਕ ਬਰਾਮਦਾ ਔਰ ਜਨਾਬ ਲੈਂਟਰ ਵਾਲੀਆਂ ਛੱਤਾਂ ਔਰ ਘਰ ਦੇ ਅੰਦਰ ਵੀ ਜਨਾਬ ਬੋਰ ਮੌਜੂਦ ਹੈ ਔਰ 35 ਜਨਵਾਰਾਂ ਦਾ ਸ਼ੈੱਡ ਵੀ ਮੌਜੂਦ ਹੈ ਇਹ ਜਨਾਬ ਰਕਬੇ ਦੀ ਸੂਰਤ ਹਾਲ ਹੈ ਜਿਹੜੀ ਐਸਤਾ ਐਸਤਾ ਜਨਾਬ ਤੁਹਾਡੇ ਸਾਹਮਣੇ ਆ ਰਹੀ ਹੈ ਟਰਬਾਈਨ ਦਾ ਬੋਰ ਜਨਾਬ ਤੁਸੀਂ ਵੇਖ ਲਿਆ ਉਹਦੇ ਨਾਲ ਬਣੀ ਹੈ ਉਹਦੀ ਵੀ ਤੁਸੀਂ ਵੇਖ ਲਈ ਔਰ ਪੀਟਰ ਲੱਗਿਆ ਵੀ ਜਨਾਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰ ਚੁੱਕਿਆ ਇਹ ਜਨਾਬ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਜਨਾਬ ਰਕਬੇ ਦੀ ਸੂਰਤ ਹਾਲ ਇਸ ਦੇ ਅੰਦਰ ਕਣਕ ਜਿਹੜੀ ਹੈ ਉਹ ਜਨਾਬ ਕਾਸ਼ਤ ਹੋ ਗਈ ਹੈ ਔਰ ਜਨਾਬ ਹੁਣ ਇਸ ਨੂੰ ਪਾਣੀ ਲਗਣਾ ਔਰ ਇਨਸ਼ਾਅੱਲਾ ਤਾਲਾ ਜਨਾਬ ਇਸ ਨੂੰ ਹੁਣ ਸਹਿਰਾਬ ਕਰ ਦਿੱਤਾ ਜਾਏਗਾ ਇਸ ਰਕਬੇ ਆ ਔਰ ਇਸ ਕਣਕ ਨੂੰ ਪਾਣੀ ਲੱਗ ਜਾਏਗਾ ਕਿਉਂਕਿ ਨਜ਼ਦੀਕ ਤੋਂ ਪਾਣੀ ਗੁਜ਼ਰ ਰਿਹਾ ਹੈ ਇਸ ਹਸਤੇ ਇਸ ਰਕਬੇ ਤੇ ਕਿਸੇ ਤਰ੍ਹਾਂ ਦੇ ਪਾਣੀ ਨਹੀਂ ਜਿਹੜੀ ਕਮੀ ਹੈ ਉਸ ਦਾ ਕੋਈ ਮਸਲਾ ਨਹੀਂ ਫੈਂਸਿੰਗ ਬਹੁਤ ਆਲਾ ਕੁਆਲਿਟੀ ਦੀ ਅੱਛੀ ਵਾਲਟੀ ਦੀ ਤਾਰ ਨਾਲ ਹੋਈ ਹੈ ਚੋਹਾ ਪਾਸੂ ਜਨਾਬ ਰਕਬਾ ਮਾਫੂਜ਼ ਹੈ ਬਿਲਕੁਲ ਕੋਈ ਕਿਸ ਤਰ੍ਹਾਂ ਦਾ ਕੋਈ ਵੀ ਜੰਗਲੀ ਜਾਨਵਾਰੀ ਜਾਂ ਕੋਈ ਵੀ ਜਾਨਵਰ ਜਿਹੜਾ ਉਹ ਬਾ ਰੂ ਰਕਬੇ ਦੇ ਅੰਦਰ ਦਾਖਲ ਨਹੀਂ ਹੋ ਸਕਦਾ ਇਸ ਦਾ ਮਤਲਬ ਹੈ ਕਿ ਹਰ ਤਰ੍ਹਾਂ ਦਾ ਇਹ ਰਕਬਾ ਮਾਫੂਜ਼ ਹੈ ਤੁਹਾਡੀਆਂ ਫਸਲਾਂ ਜਿਹੜੀਆਂ ਉਹ ਅੰਦਰ ਮਾਫੂਜ਼ ਹਨ ਬਾਕੀ ਜਨਾਬ ਹੈ ਉਹ ਪਾਣੀ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ ਇਸ ਦੇ ਨਜ਼ਦੀਕ ਤੋਂ ਗੁਜ਼ਰ ਰਿਹਾ ਇਹ ਜਨਾਬ ਮੂੰਗਫਲੀ ਦੀ ਕਾਸ਼ਤ ਹਸਤਾ ਹੈ ਹਰ ਕਿਸਮ ਦੀਆਂ ਸਬਜ਼ੀਆਂ ਦੀ ਕਾਸ਼ਤ ਹਸਤਾ ਹੈ ਸਰਸੋਂ ਦੀ ਕਾਸ਼ਤ ਹਸਤਾ ਹੈ ਬਹੁਤ ਹੀ ਜਨਾਬ ਬਿਹਤਰੀਨ ਰਕਬਾ ਹੈ ਤੁਸੀਂ ਜਨਾਬ ਇਸ ਤਹਰ ਕਿਸਮ ਦੀ ਜਿਹੜੀ ਫਸਲ ਹੈ ਉਹ ਤੁਸੀਂ ਕ ਕਰ ਸਕਦੇ ਹੋ ਸਾਰੀਆਂ ਸਹੂਲਤਾਂ तकरीबन तकरीबन ਇਸ ਦੇ ਨਜ਼ਦੀਕ ਮੌਜੂਦ ਹਨ ਔਰ ਬੜੀ ਵੱਡੀ ਗੱਲ ਹੈ ਜਨਾਬ ਕਿ ਇਹ ਮੇਨ ਰੋਡ ਤੋਂ ਸਿਰਫ 1.5 ਕਿਲੋਮੀਟਰ ਦੇ ਫਾਸਲੇ ਤੇ ਬਹੁਤ ਜਨਾਬ ਆਸਾਨੀ ਨਾਲ ਇਸ ਰਕਬੇ ਤੱਕ ਰਸਾਈ ਜੜੀ ਹੈ ਉਹ ਜਨਾਬ ਤੁਹਾਡੀ ਮੁਮਕਿਨ ਹੈ ਤੇ ਜਨਾਬੇ ਵਾਲਾ ਸਾਡੇ ਕੋਲ ਉਹ ਆਨੇ ਨੇ ਕਿ ਬਨੇ ਬਨੇ ਲੱਗੀ ਵਈਆਂ ਵੇ ਮਾਰਾਂ ਤਾੜ ਤਾ ਛਣਕ ਨ ਮੰਗਾਵੇ ਵਿੱਚ ਕੋਈ ਕੋਈ ਗਾਜਰਾ ਭੱਲਾ ਮੇਰਾ ਮਨ ਤਾਂ ਮੈਂ ਅਖ ਜਨਾਬ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਰਾ ਰਕਬੇ ਤੇ ਚਲਦੇ ਆ ਇੱਕ ਤਾਂ ਜਨਾਬ ਰਕਬੇ ਦੀ ਜਰਾ ਸੂਰਤ ਹਾਲ ਤੱਕ ਸਾਂ ਨਾਲੇ ਆਪਣੇ ਭਰਾਵਾਂ ਨਾਲ ਗੱਪਾਂ ਲਾਸਾਂ ਨਾਲੇ ਜਨਾਬ ਭਰਾਵਾਂ ਨੂੰ ਰਕਬੇ ਦਾ तारफ़ करा स कोई जमींदारी दु वही बीजी दया गल हो सनाब भरावान जनाब, जनाब रकबे की सारी सूरत हाल है जनाबे वाला रकबा बिल्कुल पद्धर और लैवल है यह तुम तो जनाब अपनी अखा के दे सामने देख रहे हो इस रकबे में किस तरह का कोई मसला नहीं जेर जमीन में 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 पानी में इंतहाई वाफर मिकदार मौजूद है और करीब तो भी इंतहाई वाफर मिकदार पानी जरा गुजर रहा और बहुत जनाबे रकबा अच्छी हालत मौजूद है तो जनाबे वाला मैं इस रकबे की सारी सूरत हाल तुम्हें दस दी है हूँ जनाब इस डिमांड भी तुम दसदा कि मालकों की डिमांड है तीन लख रुपया फी ਕਨਾਲ ਫਿਰ ਸੁਣ ਲਓ ਕਿ ਮਾਲਕਾਂ ਦੀ ਡਿਮਾਂਡ ਹੈ 3 ਲੱਖ ਰੁਪਇਆ ਫੀ ਕਨਾਲ ਤੇ ਜਨਾਬ ਇਸ ਦੇ ਨਾਲ ਹੀ ਮੈਨੂੰ ਮਿਰਜ਼ਾ ਰੀਅਲ اسٹیਟ ਦੇ ਪਲੇਟਫਾਰਮ ਤੋਂ ਦਿਓ ਇਜਾਜ਼ਤ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੰਗੀਆਂ ਵਿੱਚ ਵੰਡੋ ਬਾਕੀ ਸੰਗੀਆਂ ਨੂੰ ਵੀ ਦੱਸੋ ਤੇ ਨਾਲ ਜਨਾਬ ਆਪਣੀਆਂ ਦੁਆਵਾਂ ਵਿੱਚ ਵੀ ਸਾਨੂੰ ਯਾਦ ਰੱਖੋ ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਸ ਦੇ ਨਾਲ ਹੀ ਜਨਾਬ ਫੀ ਅਮਾਨੱਲਾ ਤੇ ਖੁਦਾ ਹਾਫਿਜ਼